सत श्री अकाल वॉइस ऑफ पंजाब टीवी देख रहे सारे दर्शकों का हैरीटेज ऑफ पंजाब दे विच स्वागत है। मैं तुहाडे नाल प्रदीप अडोल सभ्याचार का एक होर रंग लैके तुहाडे सामने रूबरू होया झांजर। झांजर औरतों के वलों गिटियां ते पहनिया जाण वाला बहुत ही हरमन प्यारा गहना है। पहनण वाली दे चलन नाल झांजर छणकार पैदा करती है। तुरन लग्या गिद्दे दे विच नचण लग्या मुटियार दे पैरी पाइया झांजरां छन छन दी आवाज पैदा करदियां ने। इस दे नाल ही झांजर नूं पंजेबा भी कह लिया जांदा है। अजोकियां पढ़ियां लिखियां मुटियारां इन्हां नूं पायल कह के संबोधन करदियां ने। झांजर बहुत तरह दियां हुंदियां ने। आओ दसदे आं कि केड़ियां केड़ियां झांजरां मुटियारां औरतां दे पैर दी शान बणियां। पाखरू लोक सब नालों बेहतर ते फबमी झांजर नूं गुलशन पट्टी भी कहिंदे ने। इस दे विच लगभग 1.5 इंच चौड़ी जिहड़ी आ पट्टी हुंदी है जिस ते बहुत ही संघणे घुंगरू लगे हुंदे ने। इहनां नूं बोर भी कह लिया जांदा है। अते इन्हां दे पैदा होने वाली छनछन की आवाज़ अते ज़्यादा बाकी दियां झांजरां दे मुकाबले नालों वधिया मनी जांदी है। झांजर दे उपरले हिस्से विच नकारी कीती जांदी है ते नकारी दे नमूनियां दे विच कोई सीमा नहीं हुंदी। झांजर दे सिरियां ते लंमियां चूड़ियां कसियां जांदियां ने। गुलशन की पट्टी दे नाल रलदियां मिलदियां झांजर नूं पट्टियां भी कह लिया जांदा है। ਉਹ ਉਂਝ ਬਹੁਤ ਕੁੜੀਆਂ ਹੁੰਦੀਆਂ ਨੇ ਅਤੇ ਇਸ ਤੋਂ ਇਲਾਵਾ ਗੁਲਸ਼ਨ ਪੱਟੀ ਦੇ ਨਾਲ ਹਜ਼ਾਰ ਦਾਣੇ ਨਾਂ ਦੀ ਜਿਹੜੀ ਹੈ ਝਾਂਜਰ ਵੀ ਪਾਉਂਦੀਆਂ ਨੇ ਅਤੇ ਔਰਤਾਂ ਇਸ ਨੂੰ ਬੜੇ ਚਾਹ ਅਤੇ ਉਤਸ਼ਾਹ ਦੇ ਨਾਲ ਪਾਉਂਦੀਆਂ ਨੇ। ਉਹ ਬਹੁਤ ਹੀ ਭਾਰੀ ਹੁੰਦੀਆਂ ਨੇ। ਹਜ਼ਾਰ ਦਾਣਾ ਝਾਂਜਰ ਦੀ ਪੱਟੀ ਗੁਲਸ਼ਨ ਦੀ ਪੱਟੀ ਨਾਲੋਂ ਕੁਝ ਘੱਟ ਚੌੜੀ ਹੁੰਦੀ ਹੈ। ਕਹਿੰਦੇ ਨੇ ਕਿ ਉਸਨੂੰ 1000 ਦਾਣਾ ਲੱਗਿਆ ਹੁੰਦਾ ਹੈ, ਘੁੰਗਰੂ ਲੱਗੇ ਹੁੰਦੇ ਨੇ, ਜਿਸ ਕਰਕੇ ਉਸਨੂੰ 1000 ਦਾਣਾ ਝਾਂਜਰ ਕਿਹਾ ਜਾਂਦਾ ਹੈ। ਇਸ ਦੇ ਨਾਲ ਲਗਾਏ ਗਏ ਘੁੰਗਰੂਆਂ 'ਤੇ ਬੜੀ ਕਾਰੀਗਰੀ ਦੇ ਨਾਲ ਨਿੱਕੀਆਂ ਨਿੱਕੀਆਂ ਗੋਲੀਆਂ ਲਗਾਈਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਘੁੰਗਰੂਆਂ ਦੀ ਛਣਕਾਰ ਵੱਧ ਜਾਂਦੀ ਸੀ ਅਤੇ ਇਸ ਝਾਂਜਰ ਨੂੰ ਚੂੜੀਦਾਰ ਪੇਚ ਦੇ ਨਾਲ ਬੀੜਿਆ ਜਾਂਦਾ ਸੀ। ਝਾਂਜਰ ਦੀ ਤੀਜੀ ਵੰਨਗੀ ਘੱਟ ਚੌੜੀ ਅਤੇ ਸਧਾਰਨ ਝਾਂਜਰ ਹੁੰਦੀ ਹੈ ਜਿਸ ਨੂੰ ਸ਼ਕੁੰਤਲਾ ਜਾਂ ਫਿਰ ਸ਼ਕੁੰਤਲਾ ਪੱਟੀ ਵੀ ਕਹਿ ਲਿਆ ਜਾਂਦਾ ਹੈ। ਇਸ ਨੂੰ ਘੁੰਗਰੂ ਘੱਟ ਲੱਗੇ ਹੁੰਦੇ ਨੇ ਅਤੇ ਇਸ ਨੂੰ ਪਹਿਨਣ ਉਪਰੰਤ ਬੰਦ ਕਰਨ ਲਈ ਚੂੜੀਦਾਰ ਪੇਚ ਦੀ ਥਾਂ ਹੁੱਕ ਲਗਾਈ ਹੁੰਦੀ ਹੈ। ਲਗਭਗ ਪਿਛਲੀ ਅੱਧੀ ਸਦੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਜ਼ਿਆਦਾਤਰ ਤੀਜੀ ਵੰਨਗੀ ਦੀ ਝਾਂਜਰ ਦੀ ਹੀ ਵਰਤੋਂ ਜ਼ਿਆਦਾ ਮੁਟਿਆਰਾਂ ਕਰਦੀਆਂ ਨੇ। ਬਹੁਤ ਘੱਟ ਘੁੰਗਰੂਆਂ ਵਾਲੀ ਸ਼ਕੁੰਤਲਾ ਚੈਨ ਨੂੰ ਬਾਲੜੀਆਂ ਵੀ ਬੜੇ ਚਾਹ ਦੇ ਨਾਲ ਪਹਿਨਦੀਆਂ ਨੇ। ਨੇਰਾਂ ਬਾਰੀਕ ਜੰਜੀਰ ਵਾਲੀਆਂ ਦੋ ਘੁੰਗਰੂਆਂ ਦੇ ਨਾਲ ਜੜੀਆਂ ਝਾਂਜਰਾਂ ਹੁੰਦੀਆਂ ਨੇ। 2 ਇੰਚ ਦੇ ਕਰੀਬ ਚੌੜੀਆਂ ਜ਼ਿਆਦਾ ਘੁੰਗਰੂ ਵਾਲੀਆਂ ਝਾਂਜਰਾਂ ਨੂੰ ਪੰਜੇਬਾਂ ਜਾਂ ਪੱਟੜੀਆਂ ਵੀ ਕਹਿ ਲਿਆ ਜਾਂਦਾ ਹੈ। ਜਿੱਥੇ ਝਾਂਜਰ ਔਰਤਾਂ ਮੁਟਿਆਰਾਂ ਦੇ ਪੈਰ ਦੀ ਸ਼ਾਨ ਵਧਾਉਂਦੀਆਂ ਨੇ ਉੱਥੇ ਹੀ ਗਿੱਧੇ ਦੇ ਵਿੱਚ ਪੈਣ ਵਾਲੀਆਂ ਬੋਲੀਆਂ 'ਚ ਵੀ ਝਾਂਜਰ ਖਾਸ ਮਹੱਤਵ ਰੱਖਦੀ ਹੈ। ਹਾਲਾਂਕਿ ਸਮੇਂ ਦੇ ਬਦਲਣ ਨਾਲ ਗਹਿਣਿਆਂ ਦੇ ਰੂਪ ਬਦਲਦੇ ਰਹਿੰਦੇ ਨੇ। ਕੋਈ ਸਮਾਂ ਹੁੰਦਾ ਸੀ ਜਦੋਂ ਚਾਂਦੀ ਦੀਆਂ ਝਾਂਜਰਾਂ ਦੀ ਛਣ ਛਣ ਦੇ ਨਾਲ ਕਿਸੇ ਦੇ ਘਰ ਦੀ ਰੌਣਕ ਨੂੰ ਭਾਗ ਲੱਗ ਜਾਂਦੇ ਸਨ ਅਤੇ ਝਾਂਜਰ ਘਰ ਦੇ ਵਿੱਚ ਸੈਂਕੜੇ ਬਰਕਤਾਂ ਦੇ ਨਾਲ ਨਾਲ ਖੁਸ਼ੀਆਂ ਖੇੜਿਆਂ ਦਾ ਪ੍ਰਤੀਕ ਸਮਝੀ ਜਾਂਦੀ ਸੀ। ਪਰ ਹੁਣ ਮੁਟਿਆਰਾਂ ਕੁੜੀਆਂ ਛਣਕਾਰ ਰਹਿਤ ਅਤੇ ਘੱਟ ਤੋਂ ਘੱਟ ਭਾਰ ਵਾਲੀ ਸ਼ਕੁੰਤਲਾ ਚੈਨ ਪਾਉਣੀ ਹੀ ਪਸੰਦ ਕਰਦੀਆਂ ਨੇ। ਸੋ ਇਹ ਸੀ ਅੱਜ ਦਾ ਹੈਰੀਟੇਜ ਆਫ ਪੰਜਾਬ ਦੇ ਵਿੱਚ ਖਾਸ ਸੱਭਿਆਚਾਰ ਦਾ ਰੰਗ ਝਾਂਜਰ ਦੇ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵਾਂ ਰੰਗ ਲੈ ਕੇ ਸੱਭਿਆਚਾਰ ਦਾ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵੌਇਸ ਆਫ ਪੰਜਾਬ ਟੀਵੀ।